ਦੋ ਸਕੇ ਭਰਾਵਾਂ ਦੀ ਮੌਤ ਤੋਂ ਬਾਅਦ ਪੂਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਫੈਲ ਗਈ। ਪਹਿਲਾਂ ਛੋਟੇ ਦੀ, ਫਿਰ ਵੱਡੇ ਦੀ ਜਾਨ ਚਲੀ ਗਈ। ਤਸਵੀਰਾਂ ਡੇਰਾ ਬਾਬਾ ਨਾਨਕ ਦੇ ਪਿੰਡ ਅਲੀ ਨੰਗਲ ਤੋਂ ਸਾਹਮਣੇ ਆਈਆਂ ਨੇ। ਅੱਜ ਦੋਵੇਂ ਸਕੇ ਭਰਾਵਾਂ ਨੂੰ ਇੱਕੋ ਚਿਖਾ ਦੇ ਵਿੱਚ ਅਗਨੀ ਭੇਂਟ ਕੀਤਾ ਗਿਆ। ਇਕੱਠਿਆਂ ਦਾ ਸੰਸਕਾਰ ਹੋਇਆ ਤਾਂ ਪੂਰਾ ਪਿੰਡ ਰੋਪਿਆ, ਧਾਹਾਂ ਮਾਰ ਮਾਰ ਕੇ ਪਰਿਵਾਰ ਵਾਲੇ ਰੋਏ। ਦੱਸਦੇ ਕਿ ਪਹਿਲਾਂ ਛੋਟੇ ਭਰਾ ਦੇ ਉਸ ਵੇਲੇ ਦਰਦ ਉੱਠਿਆ ਜਦੋਂ ਉਹ ਖੇਤ ਦੇ ਵਿੱਚ ਕੰਮ ਕਰਦਾ ਸੀ, ਜਿਸ ਨੂੰ ਤੁਰੰਤ ਬਟਾਲਾ ਦੇ ਇੱਕ ਨਿੱਜੀ ਹਸਪੀਟਲ ਦੇ ਵਿੱਚ ਲਿਜਾਇਆ ਗਿਆ, ਜਿੱਥੇ ਉਸਦੀ ਮੌਤ ਹੋ ਗਈ। ਤਾਂ ਮੈਂਬਰਾਂ ਨੇ ਦੱਸਿਆ ਕਿ ਛੋਟੇ ਭਰਾ ਦੀ ਖਬਰ ਜਦੋਂ ਉਸਦੇ ਵੱਡੇ ਭਰਾ ਸੁਖਵਿੰਦਰ ਸਿੰਘ ਨੂੰ ਦਿੱਤੀ ਗਈ, ਜੋ ਕਿ ਲੁਧਿਆਣਾ ਦੀ ਇੱਕ ਨਿੱਜੀ ਕੰਪਨੀ ਦੇ ਵਿੱਚ ਡਰਾਈਵਰ ਦੀ ਨੌਕਰੀ ਕਰਦਾ ਹੈ, ਤਾਂ ਉਸਦੇ ਵੱਡੇ ਭਰਾ ਨੂੰ ਦਿਲ ਦਾ ਦੌਰਾ ਪੈ ਗਿਆ। ਹਸਪੀਟਲ ਦੇ ਵਿੱਚ ਲਿਜਾਇਆ ਗਿਆ, ਜਿੱਥੇ ਉਸ ਨੂੰ ਵੀ ਡਾਕਟਰਾਂ ਨੇ ਮ੍ਰਿਤ ਘੋਸ਼ਿਤ ਕਰ ਦਿੱਤਾ। ਅੱਜ ਦੋਵੇਂ ਸਕੇ ਭਰਾਵਾਂ ਦਾ ਇਕੱਠਿਆਂ ਹੀ ਸੰਸਕਾਰ ਕੀਤਾ ਗਿਆ, ਧਾਹਾਂ ਮਾਰ ਮਾਰ ਕੇ ਪਰਿਵਾਰ ਵਾਲੇ ਰੋ ਰਹੇ ਨੇ। ਇਹ ਦੋਨੋਂ ਮੇਰੇ ਚਾਚੇ ਦੇ ਲੜਕੇ, ਇੱਥੇ ਜਿਹੜਾ ਪਹਿਲਾ ਛੋਟਾ ਹੈ, ਉਹ ਅਸੀਂ ਇਕੱਠੇ ਚਾਹ ਪਾਣੀ ਪੀਤਾ, ਪਤਾ ਨਹੀਂ ਦੋ ਮਿੰਟਾਂ ਵਿੱਚ ਉਹਨੂੰ ਕੀ ਹੋ ਗਿਆ, ਹਾਰਟ ਅਟੈਕ ਹੋ ਗਿਆ। ਉਹਨੂੰ ਲੈ ਕੇ ਗਏ ਹਾਂ ਕੋਰਟ 'ਚ ਖੜਿਆ ਪਹਿਲਾਂ, ਫਿਰ ਬਟਾਲੇ ਖੜਿਆ। ਬਟਾਲੇ ਜਾ ਕੇ ਜਦੋਂ ਉਹਨਾਂ ਗੁਲੂਕੋਸ਼ ਲਾਇਆ ਅਤੇ ਉਹਨੂੰ ਹਾਰਟ ਅਟੈਕ ਆ ਗਿਆ, ਉਹਦੀ ਮੌਤ ਹੋ ਗਈ। ਅਤੇ ਦੂਸਰਾ ਜਿਹੜਾ ਇਹ ਟਰੱਕ ਡਰਾਈਵਰ ਸੀ ਲੁਧਿਆਣੇ, ਅਤੇ ਉੱਥੇ ਉਹ ਵੀ ਪਤਾ ਨਹੀਂ ਕੀ ਗੱਲ ਹੋਈ ਆ, ਉਹਨੂੰ ਉੱਥੇ ਅਟੈਕ ਹੋ ਗਿਆ। ਕਿਹੜੀ ਕੰਪਨੀ 'ਚ ਕੰਮ ਕਰਦਾ ਸੀ? PCS ਕਰਦਾ ਸੀ। ਉਹਨਾਂ ਨੂੰ ਫੋਨ ਕੀਤਾ ਅਤੇ ਉਹ ਕਹਿੰਦੇ ਨੇ ਕਿ ਮਤਲਬ ਉਹ ਬਿਮਾਰ ਬੜਾ, ਉਹਨੂੰ ਹਸਪਤਾਲ ਦਾਖਲ ਕਰਾਇਆ, ਅਤੇ ਦਾਖਲ ਦੁਖਲ ਉਹਨਾਂ ਨੇ ਨਹੀਂ ਕਰਾਇਆ। ਜਦੋਂ ਇੱਥੇ ਜਾ ਕੇ ਪਹੁੰਚੇ ਨੇ ਅਤੇ ਫਿਰ ਉਹਨਾਂ ਨੇ ਜਾ ਕੇ ਦਾਖਲ ਕਰਾਇਆ, ਅਤੇ ਫਿਰ ਲੈ ਕੇ ਅਤੇ ਆਏ ਨੇ ਰਾਤ ਦੇ 12 ਇੱਕ ਵਾਰ, ਅਤੇ ਉਹਦੀ ਡੈਥ ਹੋ ਗਈ ਉੱਥੇ। ਆਪਾਂ ਕੀ ਕੰਪਨੀ ਤੋਂ ਕੀ ਫਿਰ ਮੰਗ ਕਰਦੇ? ਆਪਾਂ ਗਰੀਬ ਆਦਮੀ ਨੇ, ਉਹਨਾਂ ਨੂੰ ਕੋਈ ਨੌਕਰੀ ਨਾਕਰੀ ਕੋਈ ਬੱਚੇ ਨੂੰ ਦਵਾ ਸਕਦੇ ਤਾਂ ਦਵਾ ਦੇਣ, ਕੋਈ ਵੀ ਮਦਦ ਮੌਤ ਕਰਨ ਦੇ ਜਿਹੜੇ ਬੇਟੀ ਵਿਆਹ ਹੋ ਗਿਆ, ਲੜਕਾ ਵਿਆਹ ਹੋ ਗਿਆ। ਸਰ, ਇਸ ਤੋਂ ਵੱਧ ਕੀ ਹੋ ਸਕਦਾ? ਜਿਸ ਚਿਖਾ ਦੇ ਵਿੱਚ ਦੋ ਭਰਾ ਇਕੱਠੇ ਪੈ ਜਾਣ, ਆਏ ਤੇ ਵੱਖੋ ਵੱਖ ਸਨ, ਉਮਰ ਵੀ ਤਕਾਜ਼ਾ ਵੀ 10 ਸਾਲ ਦਾ ਫਰਕ ਲੱਗਦਾ ਹੈ, ਪਰ ਅੱਜ ਗਏ ਇਕੱਠੇ ਨੇ, ਇੱਕੋ ਥਾਂ 'ਤੇ ਉਹਨਾਂ ਸੰਸਕਾਰ ਕੀਤਾ ਜਾ ਰਿਹਾ। ਸਰ, ਇਹ ਸਾਡਾ ਜਿਹੜਾ ਪਾਪਾ ਜੀ ਦੇ ਮਾਮਾ ਜੀ ਦੇ ਬੇਟੇ ਨੇ, ਪਿੰਡ ਅਲੀ ਨੰਗਲ ਹੈ, ਕਾਰੋਬਾਰ ਕਰਦੇ ਸਨ ਆਪੋ ਆਪਣਾ, ਇੱਕ ਕਰਿਆਨ ਓਪਰੇਟਰ ਹੈ ਅਤੇ ਇੱਕ ਟਰੱਕ ਡਰਾਈਵਰ ਹੈ। ਕਰਿਆਨ ਓਪਰੇਟਰ ਘਰ ਆਇਆ ਸੀਗਾ ਅਤੇ ਆਪਣੇ ਸਬਜ਼ੀ ਭਾਜੀ ਦਾ ਪਰਸੋਂ ਕੰਮ ਕਰ ਰਿਹਾ ਸੀਗਾ, ਕਣਕ ਕਹਿੰਦਾ ਲਾਉਣਾ ਗੰਡਿਆਂ ਦਾ, ਅਤੇ ਚਾਚੇ ਤਾਏ ਦੇ ਪੁੱਤ ਭਰਾ ਵੀ ਲਾਗੇ ਬੈਠੇ ਨੇ, ਚਾਹ ਪਾਣੀ ਪੀਤਾ। ਇੱਕਦਮ ਕਹਿੰਦਾ ਮੈਨੂੰ ਕਾਹਲੀ ਪੈਣ ਡਈ ਹੈ, ਇੱਕਦਮ ਕਹਿ ਕੇ, ਅਤੇ ਗੱਡੀ ਵੀ ਕੋਲ ਸੀ ਲੈ ਕੇ, ਅਤੇ ਆਪਾਂ ਇੱਕ ਘੰਟੇ ਦੇ ਵਿੱਚ ਬਟਾਲੇ ਪਹੁੰਚ ਗਏ ਹਾਂ, ਔਰ 12 ਵਜੇ ਤਾਂ ਲਗਭਗ ਗੱਲ ਹੋਈ, ਤਾਂ 2 ਵਜੇ ਆਪਾਂ ਘਰ ਵਾਪਸ ਆ ਗਏ ਹਾਂ ਡੈੱਡ ਬੋਡੀ ਲੈ ਕੇ। ਇਹ ਘਟਨਾ ਵਾਪਰੀ, ਅਸੀਂ ਤਾਂ ਇੱਥੇ ਬੈਠੇ ਹਾਂ, ਅਤੇ ਉੱਧਰ ਸਾਡਾ ਜਿਹੜਾ ਦੂਜਾ ਵੀਰ ਸੀਗਾ ਸੁਖਵਿੰਦਰ ਸਿੰਘ, ਟਰੱਕ ਡਰਾਈਵਰ ਸੀਗਾ, ਉਹ ਚੰਡੀਗੜ੍ਹ ਦੇ ਲਾਗੇ ਦੱਪੜ ਸਟੇਸ਼ਨ ਹੈ ਜਿੱਥੇ ਉਹ ਇੱਕ ਵਰਕ ਕਰਦਾ ਸੀਗਾ ਟਰੱਕ ਡਰਾਈਵਰ ਦਾ। ਉੱਥੇ ਉਹਨੂੰ ਜਦੋਂ ਖਬਰ ਪਤਾ ਲੱਗੀ ਵੀ ਮੇਰੇ ਬ੍ਰਦਰ ਦੇ ਛੋਟੇ ਭਰਾ ਦੀ ਮੌਤ ਹੋ ਗਈ ਹੈ, ਉਸ ਵੀਰ ਨੇ ਵੀ ਆਪਣੇ ਭਰਾ ਦਾ ਜਦੋਂ ਨਾਂ ਸੁਣਿਆ ਵੀ ਮੌਤ ਹੋ ਗਈ, ਤਾਂ ਉਹਦੇ ਕੋਲ ਸਹਿਮ ਜਾਂ ਸਦਮਾ ਨਹੀਂ ਚੱਲਿਆ ਗਿਆ, ਉਸੇ ਟਾਈਮ 'ਤੇ ਉਹਦੀ ਉੱਥੇ ਮੌਤ ਹੋ ਗਈ ਜੀ। ਔਰ ਅੱਜ ਤੀਸਰਾ ਦਿਨ, ਅਸੀਂ ਰਾਤੀ 10:30 ਵਜੇ 11:15 ਚੰਡੀਗੜ੍ਹੋਂ ਲਾਸ਼ ਲੈ ਕੇ ਆਏ ਜੀ ਡੈੱਡ ਬੋਡੀ।
ਤੇ ਅੱਜ ਉਹਨਾਂ ਦਾ ਸੰਸਕਾਰ ਕੀਤਾ ਜਾ ਰਿਹਾ ਜੀ। ਸਰ ਪਰਿਵਾਰ 'ਚ ਫਿਰ ਪਿੱਛੇ ਕੌਣ ਕੌਣ ਰਹਿ ਗਏ ਨੇ? ਪਰਿਵਾਰ ਤਾਂ ਦੋਵੇਂ ਭਾਈ ਨੇ, ਮਾਤਾ ਵਾ, ਪਿਤਾ ਦਾ ਪਹਿਲਾਂ ਦੇਹਾਂਤ ਹੋ ਚੁੱਕਾ ਸੀ ਤੇ ਛੋਟੇ ਬੱਚੇ ਨੇ, ਬਹੁਤ ਅਜੇ ਅਣਜਾਣ ਬੱਚੇ ਨੇ, ਪੜ੍ਹਦੇ ਨੇ ਬੱਚੇ, ਤੇ ਕੋਈ ਵਿਆਹ ਵੀ ਨਹੀਂ ਬੱਚਾ ਜੀ, ਕੋਈ ਖੁਸ਼ੀ ਖੇੜਾ ਜੇ ਘਰ 'ਚ ਨਹੀਂ ਕੀਤਾ, ਪਰ ਪਰਮਾਤਮਾ ਨੂੰ ਮੰਨਣ ਵਾਲੇ ਸਨ। ਗੁਰਪੁਰਬਾਂ 'ਤੇ ਹਮੇਸ਼ਾ ਉਹਨਾਂ ਨੇ ਸੰਗਤ ਦੀ ਸੇਵਾ ਕਰਨੀ, ਨਗਰ ਕੀਰਤਨਾਂ ਦੀ, ਬਾਤ ਫੇਰੀਆਂ ਦੀ, ਪਰ ਅੱਜ ਉਹਨਾਂ ਦੇ ਨਾਲ ਇਹ ਵੱਡਾ ਧੱਕਾ ਲੱਗਦਾ ਪਰਿਵਾਰ ਨਾਲ ਹੋਇਆ, ਜਿਸ ਬੱਚਿਆਂ ਨੇ ਕਦੀ ਵੇਖਿਆ ਨਹੀਂ ਹੋਇਆ, ਜ਼ਿੰਮੇਵਾਰੀਆਂ ਮੋਢਿਆਂ 'ਤੇ ਪੈ ਗਈਆਂ ਨੇ। ਪਰਿਵਾਰ ਦੇ ਵਾਸਤੇ ਬਹੁਤ ਵੱਡਾ ਸਦਮਾ, ਮਾਤਾ ਵਾਸਤੇ, ਖਾਸ ਕਰਕੇ ਉਹਦੇ ਪਤਨੀਆਂ ਵਾਸਤੇ, ਉਹਨਾਂ ਬੱਚਿਆਂ ਛੋਟਿਆਂ ਵਾਸਤੇ।